ਕੈਨੇਡਾ ਵਿਖੇ ਸਰੀ ਦੇ ਬਾਰਡ ਸਟੂਡੀਓ ਵਿੱਚ ਕੌਮਾਂਤਰੀ ਮੈਗਜ਼ੀਨ 21 ਦੀ ਲੋਕ ਵੰਡ ਰਸਮ ਹੋਈ। ਇਹ ਸਮਾਗਮ ਕੈਨੇਡੀਅਨ ਪੰਜਾਬੀ ਕਲਚਰ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਮਾਧੋਪੁਰੀ ਤੇ ਜਨਰਲ ਸਕੱਤਰ ਪ੍ਰਿਤਪਾਲ ਗਿੱਲ ਨੇ ਮੈਗਜ਼ੀਨ 21 ਨੂੰ ਦੁਨੀਆ ਭਰ ਤੋਂ ਮਿਲ ਰਹੇ ਮਾਣ ਨੂੰ ਐਸ ਅਸ਼ੋਕ ਭੋਰਾ ਦੀ ਮਿਹਨਤ ਤੇ ਤਜਰਬੇ ਦਾ ਸਿੱਟਾ ਦੱਸਿਆ। ਉੱਥੇ ਇਸ ਮੌਕੇ ਪਹੁੰਚੇ BC ਦੇ ਨਾਮੀ ਬਿਜ਼ਨਸਮੈਨ ਜਤਿੰਦਰ ਜੇ ਮਨਹਾਸ ਦਾ ਕਹਿਣਾ ਸੀ ਕਿ ਐਸ ਅਸ਼ੋਕ ਭੋਰਾ ਨੇ ਪਿਛਲੇ ਲੰਮੇ ਅਰਸੇ ਤੋਂ ਆਪਣੀਆਂ ਲਿਖਤਾਂ ਰਾਹੀਂ ਵਿਸ਼ਵ ਭਰ ਵਿੱਚ ਵਸੇ ਪੰਜਾਬੀਆਂ ਦਾ ਦਿਲ ਤਾਂ ਜਿੱਤਿਆ ਹੀ ਹੈ, ਸਗੋਂ ਇਲੈਕਟ੍ਰੋਨਿਕ ਮੀਡੀਆ ਨਾਲ ਵੀ ਉਨੀ ਹੀ ਸਰਗਰਮੀ ਦੇ ਨਾਲ ਕੰਮ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੇ ਵੀ ਬਹੁਤ ਹੀ ਕਰੀਬ ਰਹੇ ਨੇ। ਉੱਥੇ ਇਸ ਸਮਾਰੋਹ 'ਤੇ ਬੋਲਦਿਆਂ 21 ਮੈਗਜ਼ੀਨ ਦੇ ਮੁੱਖ ਸੰਪਾਦਕ ਅਤੇ ਉੱਘੇ ਲੇਖਕ ਐਸ ਅਸ਼ੋਕ ਭੋਰਾ ਨੇ ਕਿਹਾ ਕਿ ਪੰਜਾਬੀ ਬੋਲੀ ਅਤੇ ਜ਼ੁਬਾਨ ਨੂੰ ਜਿਸ ਤਰ੍ਹਾਂ ਦੇ ਹਮਲਿਆਂ ਦਾ ਖਤਰਾ ਪੈਦਾ ਹੋ ਰਿਹਾ ਸੀ, ਉਹਨਾਂ ਹਮਲਿਆਂ ਨੂੰ ਇਹ ਮੈਗਜ਼ੀਨ ਯਕੀਨਨ ਹੀ ਠੱਲ ਪਾਵੇਗਾ ਅਤੇ ਆਪਣੀ ਮਾਂ ਬੋਲੀ ਪੰਜਾਬੀ ਦੀ ਕੌਮਾਂਤਰੀ ਪੱਧਰ ਉੱਤੇ ਸਾਂਭ ਸੰਭਾਲ ਲਈ ਵਚਨਬੱਧ ਨੇ। ਇਸੇ ਤਰ੍ਹਾਂ ਅਮੈਰੀਕਾ ਦੇ ਸ਼ਹਿਰ ਸਿਆਟਲ ਵਿੱਚ ਵੀ ਪੰਜਾਬੀ ਲਿਖਾਰੀ ਸਭਾ ਵੱਲੋਂ ਆਪਣੇ ਲੇਖਕ ਸਾਥੀਆਂ ਦੇ ਇੱਕ ਅਹਿਮ ਅਤੇ ਭਰਵੇਂ ਇਕੱਠ ਵਿੱਚ ਐਸ ਅਸ਼ੋਕ ਭੋਰਾ ਦੇ 21 ਮੈਗਜ਼ੀਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।